ਹੈਗੇ ਨੇ ਜਿਨ੍ਹਾਂ ਦੇ ਉੱਪਰ ਪਿਛਲੇ ਦਿਨੀ ਪੁਲਿਸ ਦੇ ਵੱਲੋਂ ਜੜਾ ਸੀਗਾ ਉਹ ਪਰਚਾ ਦਿੱਤਾ ਗਿਆ ਸੀਗਾ ਇੱਕ ਚੋਰੀ ਦਾ ਪਰਚਾ ਦਿੱਤਾ ਗਿਆ ਸੀਗਾ ਕਰਤਾਰਪੁਰ ਦੇ ਐਮਐਲਏ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਸਾਜ਼ਿਸ਼ ਰਚੀ ਐਮਐਲਏ ਕਰਤਾਰਪੁਰ ਨੇ ਕਿ ਆਪਾਂ ਜ਼ਮੀਨ ਦੱਬਣੀ ਹੈ 13 ਕਦਾਂ ਇਹਨੇ ਆਪਣੇ ਐਸਐਚਓ ਲੋਏ ਹੋਏ ਆ ਐਮਐਲਏ ਨੇ ਆਪਣੇ ਮੂੰਸ਼ੀ ਲਵਾਏ ਹੋਏ ਆ ਈਵਨ ਕਿ ਸੰਤਰੀ ਤੱਕ ਸਿਪਾਹੀ ਤੱਕ ਥਾਣਿਆਂ ਦੇ ਵਿੱਚ ਪੂਰੀ ਕਮਾਂਡ ਇਸ ਬੰਦੇ ਦੀ ਚੱਲਦੀ ਆ ਪਤਾ ਨਹੀਂ ਹਿਲਦਾ ਇਸ ਬੰਦੇ ਦੇ ਆਰਡਰ ਤੋਂ ਬਣਾ ਐਮਐਲਏ ਕਰਤਾਰਪੁਰ ਦੇ ਨਾਲ ਡੀਐਸਪੀ ਕਰਤਾਰਪੁਰ ਖੜਾ ਔਰ ਨਾਰੇ ਕੀ ਲਾ ਰਹੇ ਆ ਡੀਐਸਪੀ ਕਰਤਾਰਪੁਰ ਕਹਿ ਰਿਹਾ ਆਮ ਆਦਮੀ ਪਾਰਟੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਤੁਹਾਡੇ ਤੇ ਪੁਲਿਸ ਨੇ ਕਿਹੜਾ ਕਿਹੜਾ ਪਰਚਾ ਦਿੱਤਾ ਹੋਇਆ ਜਮੀਨ ਤੇ ਕਬਜ਼ਾ ਕਰਨ ਦਾ ਦੇਕਾ ਟਿਚੂ ਜਲੰਧਰ ਤੋਂ ਅਕਾਲੀ ਨੇਤਾ ਐਚਐਸ ਵਾਲੀਆ ਹੋਣਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੇ ਉੱਪਰ ਬਦਲਾਖੋਰੀ ਦੀ ਰਾਜਨੀਤੀ ਅਪਣਾਉਣ ਦੇ ਇਲਜ਼ਾਮ ਲਗਾਏ ਗਏ ਨੇ ਹਾਲਾਂਕਿ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਸੱਤਾ ਦੇ ਵਿੱਚ ਆ ਕੇ ਕਿਸੇ ਦੇ ਨਾਲ ਬਦਲਾਖੋਰੀ ਦੀ ਰਾਜਨੀਤੀ ਨਹੀਂ ਅਪਣਾਵਾਂਗੇ ਪਰ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਦੇ ਉੱਪਰ ਇਹ ਇਲਜ਼ਾਮ ਲੱਗੇ ਨੇ ਕਿ ਪੂਰਾ ਮਾਮਲਾ ਹੈਗਾ ਐਚਐਸ ਵਾਲੀਆ ਸਾਡੇ ਨਾਲ ਮੌਜੂਦ ਨੇ ਵਾਲੀਆ ਸਾਹਿਬ ਪੂਰਾ ਮੈਟਰ ਕੀ ਹੈ ਇਹੋ ਜੀ ਕੀ ਕਾਰਨ ਬਣੇ ਕਿ ਤੁਸੀਂ ਉਹਨਾਂ 'ਤੇ ਇਲਜ਼ਾਮ ਲਗਾ ਰਹੇ ਹੋਏ ਪਿਛਲੇ ਦਿਨੀ ਨਾ ਮੇਰੇ ਤੇ ਇੱਕ ਐਫਆਈਆਰ ਲਾਜ ਹੋਈ ਜੀ ਐਫਆਈਆਰ ਨੰਬਰ 102 ਪੁਲਿਸ ਸਟੇਸ਼ਨ ਮਕਸੂਦਾ ਚ 447 ਦੀ 380 ਦੀ ਮੀਨਸ ਕਬਜ਼ਾ ਕਰਨ ਦੀ ਔਰ ਦਕੈਤੀ ਦੀ ਚੋਰੀ ਦੀ ਜੋ ਕਿ ਬਿਲਕੁਲ ਫਾਲਸ ਐਫਆਈਆਰ ਹੁਣ ਇਹਦੀ ਹਿਸਟਰੀ ਮੈਂ ਤੁਹਾਨੂੰ ਧਿਆਨ ਚ ਲਿਆ ਦਵਾ ਤੁਹਾਡੇ ਪਿੰਡ ਕੋਟਲੇ ਦੇ ਵਸਨੀਕ ਹੈ ਸੁਰਿੰਦਰ ਸਿੰਘ ਪਿੰਡ ਕੋਟਲੇ ਦਾ ਵਸਨੀਕ ਹੈ ਹਰਵਿੰਦਰ ਸਿੰਘ ਸੋਨੂ ਜਿਹੜਾ ਮਦਈ ਹੈ ਪਿੰਡ ਕੋਟਲੇ ਚ 13 ਕਨਾਲ ਜ਼ਮੀਨ ਹੈ ਜ਼ਮੀਨ ਦੇ ਮਾਲਕ ਸੁਰਿੰਦਰ ਸਿੰਘ ਹੈ ਸੁਰਿੰਦਰ ਸਿੰਘ ਰਹਿੰਦੇ ਆ ਮੇਰੇ ਦੋਸਤ ਨਿਰਮਲ ਸਿੰਘ ਕਾਉਂਸਲਰ ਦੇ ਵਾਰਡ 'ਚ ਜਿਨ੍ਹਾਂ ਨੂੰ ਅਸੀਂ ਨਿਰਮਲ ਸਿੰਘ ਨਿਮਾ ਕਹਿੰਦੇ ਵਾਰਡ ਨੰਬਰ 6 ਦੇ ਕਾਉਂਸਲਰ ਆ ਉਹਨਾਂ ਦੇ ਵਾਰਡ 'ਚ ਰਹਿੰਦੇ ਆ ਇਹ ਚਾਚਾ ਭਤੀਜਾ ਆ ਸੁਰਿੰਦਰ ਸਿੰਘ ਔਰ ਸੋਨੂ ਸੁਰਿੰਦਰ ਸਿੰਘ ਬਜ਼ੁਰਗ ਸੋਨੂ ਜਿਹੜਾ ਕੋਟਲੇ ਪਿੰਡ ਰਹਿੰਦਾ ਹੁਣ ਇਹ ਸੋਨੂ ਇੱਕ ਬੈਡ ਕੈਰੈਕਟਰ ਦਾ ਮੁੰਡਾ ਹੈ ਇੱਕ ਨਸ਼ਈ ਕਿਸਮ ਦਾ ਲੜਕਾ ਤਕਰੀਬਨ 4 ਕਵਾਰੀ ਇਹ ਨਸ਼ਾ ਛਡਾਊ ਕੇਂਦਰਾਂ ਚ ਨੂੰ ਐਡਮਿਟ ਕਰਾ ਕੇ ਇਹਦਾ ਇਲਾਜ ਕਰਵਾ ਚੁੱਕਿਆ ਹੈ ਇਹਦੇ ਮਾਪਿਓ ਜੋ ਮੈਨੂੰ ਇਨਫੋਰਮੇਸ਼ਨ ਆ ਔਰ ਸ਼ਾਇਦ ਕੋਈ ਪੁਲਸਪਲਸ ਕੇਸ ਵੀ ਅਤੇ ਸ਼ਾਇਦ ਕੋਈ ਪਿਛਲੇ ਸਮੇਂ ਦੇ ਵਿੱਚ ਦਾ ਔਰ ਆਮ ਆਦਮੀ ਪਾਰਟੀ ਦਾ ਇਹ ਬਹੁਤ ਹੀ ਜਿਹਨੂੰ ਕਹੜੋ ਸਰਗਰਮ ਲੀਡਰ ਹੈ ਨੇਤਾ ਆ ਜਾਂ ਵਰਕਰ ਜੋ ਵੀ ਕਹਲੋ ਸਭ ਬਲਕਾਰ ਸਿੰਘ ਜਿਹੜੇ ਥੋ ਰਿਟਾਇਰਡ ਪੁਲਿਸ ਅਫਸਰ ਹੋ ਹੁਣ ਐਮ ਐਲ ਏ ਆ ਉਹਨਾਂ ਦੇ ਨਾਲ ਤਕਰੀਬਨ ਇਹ ਤਕਰੀਬਨ ਇਹ ਹੁੰਦਾ ਹੈ ਇਹ ਆਪਣੇ ਬਜ਼ੁਰਗਾਂ ਨੂੰ ਆਪਣੇ ਚਾਚੇ ਨੂੰ ਰੂਟੀਨ ਚ ਦਬਕੇ ਮਾਰਦਾ ਸੀ ਧਮਕਾਉਂਦਾ ਸੀ ਡਰਾਉਂਦਾ ਸੀ ਕਿ ਤੁਸੀਂ ਇੱਥੇ ਜ਼ਮੀਨ 'ਚ ਨਹੀਂ ਆਣਾ ਮੈਂ ਲੱਤਾਂ ਤੋੜ ਦੂੰ ਮੈਂ ਇਹ ਕਰੂੰ ਮੈਂ ਉਹ ਕਰੂੰ ਜਦੋਂ ਬਜ਼ੁਰਗ ਇਹ ਸ਼ਿਕਾਇਤ ਲੈ ਕੇ ਕਾਉਂਸਲਰ ਸਾਹਿਬ ਕੋ ਗਏ ਇਹਨਾਂ ਨੇ ਪੰਚਾਇਤੀ ਤੌਰ ਤੇ ਉਹਨੂੰ सोनू ਨੂੰ ਆਪਣੇ ਦਫ਼ਤਰ ਬੁਲਾਇਆ ਔਰ ਉਹ ਆਇਆ ਉਸ ਟਾਈਮ ਫੈਸਲੇ 'ਚ ਮੈਂ ਵੀ ਬੈਠਾ ਸੀ ਮੈਂ ਨਿਰਮਲ ਭਾਜੀ ਬਜ਼ੁਰਗ ਉਹਨਾਂ ਦਾ ਦੋਤਾ ਸੋਨੂ ਤੇ ਇਹਦੇ ਨਾਲ ਸ਼ਾਇਦ ਦੋ ਤਿੰਨ ਮੁੰਡੇ ਹੋਰ ਸੀ ਚਲੋ ਫੈਸਲਾ ਹੋਇਆ ਸਾਰਿਆਂ ਨੇ ਸੋਨੂ ਨੂੰ ਗਲਤ ਕਿਹਾ ਕਿ ਬਜ਼ੁਰਗਾਂ ਨਾਲ ਐਂਦਾ ਬੋਲਣਾ ਤੇਰਾ ਨਹੀਂ ਬਣਦਾ ਤੇਰੇ ਪਿਓ ਸਮਾਨ ਇਹਨੇ ਉੱਠ ਕੇ ਪੈਰੀ ਹੱਥ ਲਾ ਕੇ ਮਾਫੀ ਮੰਗੀ ਬਜ਼ੁਰਗਾਂ ਕੋ ਇਹ ਇਲੈਕਸ਼ਨ ਤੋਂ ਮਹੀਨਾ ਕੁ ਪਹਿਲਾਂ ਦੀ ਗੱਲ ਹੈ ਮਹੀਨਾ ਡੇਢ ਮਹੀਨਾ ਪਹਿਲਾਂ ਦੀ ਗੱਲ ਇਹਨੇ ਮਾਫੀ ਮੰਗੀ ਬਜ਼ੁਰਗਾਂ ਕੋ ਔਰ ਬਜ਼ੁਰਗਾਂ ਨੂੰ ਜੱਫੀ ਪਾਈ ਉਸ ਤੋਂ ਬਾਅਦ ਚਲੋ ਦੋ ਤਿੰਨ ਮਹੀਨੇ ਲੰਘੇ ਇਲੈਕਸ਼ਨ ਹੋਈ ਫਿਰ ਟਾਈਮ ਲੰਘਦਾ ਗਿਆ ਹੁਣ ਪਿਛਲੇ ਦੋ ਕੁ ਮਹੀਨੇ ਉਹਤੇ ਨੇ ਫੇਰ ਬੜੀ ਹੱਥ ਚੱਕ ਲਈ ਬਜ਼ੁਰਗਾਂ ਨੂੰ ਗਾਲੀ ਗਲੋਚ ਕਰਨਾ ਉਹਨਾਂ ਨੂੰ ਹਜੇ ਕਿ ਮੋਟਰ ਬਜ਼ੁਰਗਾਂ ਦੀ ਆ ਜੋ ਪਲੱਗ ਕੱਢ ਦਿੰਨੇ ਮੋਟਰ ਦੇ ਉਹਨਾਂ ਨੇ ਪਾਣੀ ਚਲਾਣਾ ਤੋਂ ਵੱਡਾ ਮਤਲਬ ਦਿਸ ਐਂਡ ਡੈਟਸ ਕਿਸੇ ਤਰੀਕੇ ਨਾਲ ਵੀ ਉਹਨਾਂ ਨੂੰ ਤੰਗ ਕਰਨਾ ਤੇ ਹੁਣ ਉਹਦੀ ਮੇਨ ਮੰਚਾ ਇਹ ਸੀ ਇਹਨਾਂ ਨੇ ਇੱਕ ਸਾਜ਼ਿਸ਼ ਰਚੀ ਸਾਜ਼ਿਸ਼ ਰਚੀ ਸਾਜ਼ਿਸ਼ ਰਚ ਕਰਤਾ ਹੈਗਾ ਐਮਐਲਏ ਕਰਤਾਰਪੁਰ ਸਾਜ਼ਿਸ਼ ਰਚੀ ਐਮਐਲਏ ਕਰਤਾਰਪੁਰ ਨੇ ਕਿ ਆਪਾਂ ਜ਼ਮੀਨ ਦੱਬਣੀ ਆ 13 ਕਰਾਂ ਕਿਉਂਕਿ ਉਹ ਰਿਹਾ ਪੁਲਿਸ ਅਫਸਰ ਉਹਨੂੰ ਆਦਤ ਹੈ ਕਿ ਪਹਿਲਾਂ ਪਰਚਾ ਦਿਓ ਫਿਰ ਬੰਦੇ ਨੂੰ ਦੱਬ ਲਿਓ ਜੋ ਮਰਜ਼ੀ ਫੈਸਲਾ ਕਰ ਲਓ ਇਹ ਉਹਦੀ ਆਦਤ ਹੈ ਉਹਨੇ ਇੱਕ ਸਾਜਿਸ਼ ਰਚੀ ਕਿ ਸੋਨੂੰ ਤੂੰ ਅੱਗੇ ਹੋ ਤੂੰ ਅੱਗੇ ਹੋ ਕੇ ਪਰਚਾ ਦਰਜ ਕਰਾ ਪਰਚਾ ਕਿਹਨਾਂ ਦੇ ਦਰਜ ਕਰਾ ਇੱਕ ਤਾਂ ਬਜ਼ੁਰਗੀ ਠੋਕ ਦੇ ਜਿਹਦੀ ਜ਼ਮੀਨ ਹੈ ਦੂਸਰਾ ਜਿਹੜਾ ਉਹਦਾ ਸਪੋਰਟਰ ਆ ਉਹਨੂੰ ਠੋਕ ਦੇ ਨਿਰਮਲ ਸਿੰਘ ਕਾਉਂਸਲਰ ਤੀਜਾ ਜਿਹੜਾ ਇਹਨਾਂ ਦੇ ਨਾਲ ਆਂਦਾ ਨਿਰਮਲ ਸਿੰਘ ਦੇ ਐਚਐਸ ਵਾਲੀਆ ਉਹਨੂੰ ਠੋਕ ਦੇ ਜਦੋਂ ਇਹ ਤਿੰਨਾਂ ਦੇ ਪਰਚਾ ਦਰਜ ਹੋ ਗਿਆ ਆਪਾਂ ਜੋ ਮਰਜ਼ੀ ਕਰ ਲਾਂਗੇ ਤੁਸੀਂ ਹੈਰਾਨ ਕੀ ਦੀ ਗੱਲ ਕਰਦੇ ਹੋ ਐਫ ਆਈ ਆਰ ਦੇ ਵਿੱਚ ਕਲੀਅਰ ਕਲੀਅਰ ਲਾਈਨ ਲਿਖੀ ਕਿ ਨਿਰਮਲ ਸਿੰਘ ਐਚ ਐਸ ਵਾਲੀਆ ਔਰ ਬਜ਼ੁਰਗ सुरेंद्र ਸਿੰਘ 78 ਸਾਲਾ ਬਜ਼ੁਰਗ ਕਿਰਪਾਨਾਂ ਦਾਤ ਹਥਿਆਰ ਫੜ ਕੇ ਜ਼ਮੀਨ 'ਚ ਵੜੇ ਵੜ ਕੇ ਕੋਠੇ ਤੇ ਚੜ੍ਹ ਕੇ ਪਹਿਲਾਂ ਤਾਂ ਕੈਮਰੇ ਤੋੜ ਲਏ ਡੀ ਵੀ ਆਰ ਚੱਕ ਲਿਆ ਤੇ ਚੱਕ ਕੇ ਭੱਜ ਗਏ ਤੇ ਨਾਲ ਜ਼ਮੀਨ ਤੇ ਕਬਜ਼ਾ ਕਰ ਲਿਆ 2007 ਦੇ ਵਿੱਚ ਜਦੋਂ ਕੋਰਟ ਦਾ ਫੈਸਲਾ ਆਇਆ 13 ਕਨਾਲ ਜ਼ਮੀਨ ਬਜ਼ੁਰਗ ਦੇ ਨਾਮ ਕੋਰਟ ਦਾ ਵੱਲਫ ਆ ਕੇ ਲਵਾ ਕੇ ਗਿਆ ਮੈਂ ਤੁਹਾਨੂੰ ਉਹ ਦਿਖਾਣਾ ਵੀ ਦਿਖਾਉਂਦਾ ਕੋਟ ਦਾ ਵੱਲ ਫਾਕੇ ਲਵਾ ਕੇ ਗਿਆ ਜਿਹੜੀ ਜ਼ਮੀਨ ਦਾ ਕਬਜ਼ਾ ਆਲਰੇਡੀ ਬਜ਼ੁਰਗ ਕੋ ਪਿਛਲੇ ਕਈ ਸਾਲਾਂ ਤੋਂ ਏਕੜੀ ਸਾਰਾ ਪਿੰਡ ਗਵਾਹ ਜਿਹੜੀ ਜ਼ਮੀਨ ਦੀ ਰਜਿਸਟਰੀ ਬਜ਼ੁਰਗ ਦੇ ਨਾਮ ਤੇ ਜਿਹੜੀ ਜ਼ਮੀਨ ਦੀ ਫਰਦ ਇੰਤਕਾਲ ਬਜ਼ੁਰਗ ਦੇ ਨਾਮ ਤੇ ਜਿਹੜੀ ਜ਼ਮੀਨ ਦੀ ਮੋਟਰ ਬਜ਼ੁਰਗ ਦੇ ਨਾਮ ਤੇ ਉਸ ਬਜ਼ੁਰਗ ਤੇ ਪਰਚਾ ਹੋ ਰਿਹਾ ਕਿ ਇਸ ਬਜ਼ੁਰਗ ਨੇ ਆ ਕੇ ਕਬਜ਼ਾ ਕਰ ਲਿਆ ਔਰ ਜਿਹੜੇ ਬਜ਼ੁਰਗ ਤੁਰਿਆ ਨਹੀਂ ਜਾਂਦਾ ਅੱਜ ਪ੍ਰੈਸ ਕਲੱਬ ਚ ਆਏ ਆ ਅਸੀਂ ਉਹਨਾਂ ਨੂੰ ਦੋਵਾਂ ਪਾਸੇ ਮੋਢੇ ਦਾ ਹੱਥ ਰੱਖ ਕੇ ਚੁੱਕ ਕੇ ਲੈ ਕੇ ਆਏ ਹਾਂ ਉੱਪਰ ਉਹ ਕੋ ਬੰਦੇ ਕੋ ਤੁਰਿਆ ਨਹੀਂ ਜਾਂਦਾ ਮਤਲਬ ਹੌਲੀ ਹੌਲੀ ਤੁਰਦੇ ਆ ਹੌਲੀ ਹੌਲੀ ਤੁਰਦੇ ਉਸ ਬਜ਼ੁਰਗ ਤੇ ਅਲੀਗੇਸ਼ਨ ਕੀਆ ਕਿ ਇਹਨੇ ਕੰਧਾ ਟੱਪ ਕੇ ਕੈਮਰੇ ਲਾ ਲਿਆ ਇਜ਼ ਇਟ ਪੋਸੀਬਲ ਝੂੜ ਦਾ ਕੋਈ ਹੱਦ ਹੁੰਦੀ ਆ ਅੰਤ ਹੁੰਦਾ ਇਹਨੇ ਆਪਣੇ ਐਸਐਚਓ ਲੋਏ ਹੋਏ ਆ ਐਮਐਲਏ ਨੇ ਆਪਣੇ ਮੁੰਛੀ ਲਵਾਏ ਹੋਏ ਆ ਈਵਨ ਕਿ ਸੰਤਰੀ ਤੱਕ ਸਿਪਾਈ ਤੱਕ ਥਾਣਿਆਂ ਦੇ ਵਿੱਚ ਪੂਰੀ ਕਮਾਂਡ ਇਸ ਬੰਦੇ ਦੀ ਚੱਲਦੀ ਆ ਪੱਤਾ ਨਹੀਂ ਹਿਲਦਾ ਇਸ ਬੰਦੇ ਦੇ ਆਰਡਰ ਤੋਂ ਬਣਾ ਔਰ ਇਹੇ ਗੱਲ ਬੜੀ ਡੇਂਜਰਸ ਆ ਬੜੀ ਘਾਤਕ ਆ ਇਹਦੇ ਬਾਅਦ ਲੋਕਾਂ ਵਾਸਤੇ ਕਿਉਂਕਿ ਜਸਟਿਸ ਤਾਂ ਹੋਣਾ ਹੀ ਨਹੀਂ ਫੈਸਲਾ ਤਾਂ ਕੱਲ ਪਰਸੋਂ ਦਾ ਤੁਸੀਂ ਇੱਕ ਵੀਡੀਓ ਦੇਖਿਆ ਹੋਣਾ ਬੜਾ ਵਾਇਰਲ ਹੋ ਰਿਹਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਮਨਾਇਆ ਜਾ ਰਿਹਾ ਉਸ ਵਿੱਚ ਐਮਐਲਏ ਸਾਹਿਬ ਖੜੇ ਆ ਮਨਾਣ ਹੈਪੀ ਬਰਥਡੇ ਅਰਵਿੰਦ ਕੇਜਰੀਵਲ ਦਾ ਸਾਨੂੰ ਕੋਈ ਦਰਦ ਨਹੀਂ ਕੋਈ ਦੋਖਣ ਇਹਨਾਂ ਦਾ ਕਨਵੀਨਰ ਆ ਮਨਾਣ ਉਹਨਾਂ ਦਾ ਬਰਥਡੇ ਸ਼ਖਸੀਅਤ ਹੈ ਅਸੀਂ ਵੀ ਉਹਨਾਂ ਦੀ ਰਿਸਪੈਕਟ ਕਰਦੇ ਆ ਮਨਾਣ ਬਰਥਡੇ ਉਸ ਬਰਥਡੇ ਦੇ ਵਿੱਚ ਕੌਣ ਐਮਐਲਏ ਕਰਤਾਰਪੁਰ ਜਲੰਧਰ ਦਾ ਲੋਕ ਸਭਾ ਦਾ ਇੰਚਾਰਜ ਜਲੰਧਰ ਦੀ ਮਹਿਲਾ ਵਿੰਗ ਪ੍ਰਧਾਨ ਜਲੰਧਰ ਦੇ ਬਲਾਕ ਪ੍ਰਧਾਨ ਸਾਰੇ ਹੀ ਪੋਲਿਟੀਕਲ ਬੰਦੇ ਖੜੇ ਆ ਇੱਕ ਬੰਦਾ ਨਾਲ ਖੜਾ ਡੀਐਸਪੀ ਕਰਤਾਰਪੁਰ ਕਰਤਾਰਪੁਰ ਚ ਬਰਥਡੇ ਮਨਾਇਆ ਜਾ ਰਿਹਾ ਸਿਵਲ ਡਰੈਸ ਦੇ ਵਿੱਚ ਜੀਨ ਟੀਸ਼ਰਟ ਪਾ ਕੇ ਐਮਐਲਏ ਕਰਤਾਰਪੁਰ ਦੇ ਨਾਲ ਡੀਐਸਪੀ ਕਰਤਾਰਪੁਰ ਖੜਾ ਔਰ ਨਾਰੇ ਕਿ ਲਾ ਰਹੇ ਡੀਐਸਪੀ ਕਰਤਾਰਪੁਰ ਕਹਿ ਰਿਹਾ ਆਮ ਆਦਮੀ ਪਾਰਟੀ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਜਿਹੜਾ ਮੌਜੂਦਾ ਡੀਐਸਪੀ ਇਹ ਨਾਰੇ ਲਾਊਗਾ ਤੁਸੀਂ ਕਿਸੇ ਵੇਲੇ ਵੀ ਕਿਸੇ ਤਰੀਕੇ ਨਾਲ ਵੀ ਉਹ ਕੋ ਜਸਟਿਸ ਦੀ ਉਮੀਦ ਰੱਖ ਸਕਦੇ ਹੋ ਉਹ ਤਾਂ ਫਿਰ ਆਮ ਆਦਮੀ ਪਾਰਟੀ ਦਾ ਰਿਪਰੈਜ਼ੈਂਟੇਟਿਵ ਹੋ ਗਿਆ। ਤੁਸੀਂ ਉਸ ਦਿਨ ਜ਼ਮੀਨ ਦੇ ਵਿੱਚ ਗਏ ਸੀਗੇ ਜਿਹੜੇ ਸੀਸੀਟੀਵੀ ਦੀ ਗੱਲ ਕਰਦੇ ਨੇ। ਬਿਲਕੁਲ ਹੁਣੇ ਮੈਂ ਜ਼ਮੀਨ 'ਚ ਗਿਆ 6:30 ਵਜੇ ਤੋਂ ਲੈ ਕੇ ਇਹਨਾਂ ਨੇ ਕਿਹਾ 8:00 ਵਜੇ ਦੇ ਕਰੀਬ ਇਹ ਕਾਂਡ ਹੋਇਆ। 6:30 ਤੋਂ ਲੈ ਕੇ 10:30 ਤੱਕ ਸੀਸੀਟੀਵੀ ਫੁਟੇਜ ਪੁਲਿਸ ਦੇਖ ਸਕਦੀ ਹੈ। ਮੈਂ ਫੁਟ ਮੈਂ ਕੁਝ ਫੁਟੇਜ ਐਸਐਸਪੀ ਸਾਹਿਬ ਨੂੰ ਜਲੰਧਰ ਵਾਲੇ ਨੂੰ ਵਟਸਐਪ ਤੋਂ ਭੇਜ ਵੀ ਦਿੱਤੀ ਔਰ ਤੁਹਾਨੂੰ ਵੀ ਹੁਣੇ ਭੇਜ ਦਣਾ। ਜੇ ਇਸ ਟਾਈਮੇ ਕਹਰੇ 8:00 ਵਜੇ 8:00 ਵਜੇ ਅਸੀਂ ਦੋਵੇਂ ਵੀਰ ਇਕੱਠੇ ਸੀ ਇਹਨਾਂ ਦੇ ਆਫਿਸ 'ਚ ਬ ਤੋ ਵੀਰ ਹੈਵਿੰਗ ਸਮ ਸਨੈਕਸ ਐਂਡ ਇਹਨਾਂ ਦਾ ਬੇਟਾ ਸੀ ਮੈਂ ਸੀ ਜੇ ਸੀ ਨਾ ਦਫਤਰ 'ਚ ਹੀ ਬੈਠੇ ਆ ਮੇਰੇ ਕੋਲ ਤਾਂ ਫੁਟੇਜ ਸਾਰੀ ਮੇਰੇ ਕੋਲ ਹੈ ਔਰ ਹੈਰਾਨ ਕੀ ਦੀ ਗੱਲ ਦੇਖੋ 9 ਵਜੇ ਕੰਪਲੀਟ ਦੇ ਰਿਆ 10 ਵਜੇ ਬਿਆਨ 11 ਵਜੇ ਪਰਚਾ ਐਡੀ ਕਿਹੜੀ ਕਾਲੀ ਪੈ ਗਈ ਮੈਨੂੰ ਇੱਕ ਫੋਨ ਹੀ ਕਰ ਲੈਂਦੇ ਨਿਮਾ ਕਾਉਂਸਲਰ ਹੈ ਮੌਜੂਦਾ ਯਾਰ 80000 ਵੋਟ ਲੈ ਰਿਆ ਹਰ ਵਾਰੀ ਉਹਨੂੰ ਫੋਨ ਹੀ ਕਰ ਲੋ ਐਸ ਐਚਓ ਸਾਹਿਬ ਐਸ ਐਚਓ ਨੇ ਗੁੰਝੈਸ਼ ਨਹੀਂ ਸਮਝੀ ਐਸ ਐਚਓ ਤਾਂ ਉਹਦੇ ਹੱਥ ਦਾ ਪਪੈਟ ਹੈ ਉਹ ਜਿੱਦਾਂ ਐਸ ਐਚਓ ਨੂੰ ਕਹਿੰਦਾ ਉੱਠ ਜਾ ਉੱਠ ਜਾਂਦਾ ਬਹਿ ਜਾ ਬਹਿ ਜਾਂਦਾ ਉਹਦੇ ਆਪਣੇ ਨਾ ਤੁਹਾਡੇ ਤੇ ਪੁਲਿਸ ਨੇ ਕਿਹੜਾ ਕਿਹੜਾ ਪਰਚਾ ਦਿੱਤਾ ਹੋਇਆ? ਮੇਰੇ ਤੇ ਪੁਲਿਸ ਨੇ ਦਿੱਤਾ ਜੀ ਜ਼ਮੀਨ ਤੇ ਕਬਜ਼ਾ ਕਰਨ ਦਾ ਤੇ ਦਕੈਤੀ ਚੋਰੀ ਦਾ। 380 ਧਾਰਾ ਲਈ ਤੇ 447 427 ਲਈ। ਅੱਛਾ ਇੱਕ ਕਿਡਨੈਪਿੰਗ ਦੀ ਵੀ ਗੱਲ ਸਾਹਮਣੇ ਹੁੰਦੀ ਸੀਗੀ। ਨਹੀਂ ਉਹ ਨਹੀਂ ਕੋਈ ਪਰਚਾ ਜੀ। ਉਹ ਤੁਸੀਂ ਨਾ ਦੱਸ ਦਿਓ ਜੀ ਕਿਤੇ ਯਾਦ ਆਏ ਤਾਂ ਉਹ ਦੇ ਦੇਣ। ਫਜੇ ਤਾਂ ਹੀ ਨਹੀਂ ਦਿੱਤਾ ਜੀ ਕੋਈ। ਤੁਹਾਨੂੰ ਕੀ ਲੱਗਦਾ ਕਿ ਪੁਲਿਸ ਇਸ਼ਾਰਿਆਂ ਤੇ ਕੰਮ ਕਰ ਰਹੀ ਹੈ? ਟੋਟਲੀ ਬ੍ਰਦਰ ਟੋਟਲੀ। ਥੋੜਾ ਨਹੀਂ ਮੈਂ ਕਹਿੰਦਾ ਯਕੀਨ ਕਰਿਓ ਮੈਂ ਇੱਕ ਹੋਰ ਤੁਹਾਨੂੰ ਇਨਫੋਰਮੇਸ਼ਨ ਦੇ ਦਵਾ ਤੁਹਾਡੇ ਥਰੂ। ਮੇਰੇ ਪਬਲਿਕ ਨੂੰ ਵੀ ਦੇ ਦਵਾ ਕੱਲ ਮੈਂ ਐਸਐਸਪੀ ਸਾਹਿਬ ਨੂੰ ਰਿਪਰੈਜੈਂਟੇਸ਼ਨ ਦੇਣੀ ਆ ਔਰ ਅਗਲੇ ਹਫਤੇ ਮੈਂ ਇੱਕ ਮੈਮੋਰੰਡਮ ਤਿਆਰ ਕਰਾਣਾ ਮੰਗ ਪੱਤਰ ਮੈਂ ਡੀਸੀ ਜ਼ਿਲੰਦਰ ਕੋ ਜਾਣਾ ਕਿ ਥਾਣਾ ਕਰਤਾਰਪੁਰ ਮਕਸੂਦਾ ਡੀਐਸਪੀ ਕਰਤਾਰਪੁਰ ਦਾ ਆਫਿਸ ਤੇ ਲਾਂਬੜਾ ਥਾਣਾ ਚਾਰੇ ਚੀਜ਼ਾਂ ਦੇ ਖਰਚੇ ਸਰਕਾਰ ਨੂੰ ਅਨਨੈਸੈਸਰੀ ਪੈ ਰਹੇ ਆ ਕਿਉਂਕਿ ਕਮਾਂਡ ਤਾਂ ਬਲਕਾਰ ਸਿੰਘ ਦੀ ਚੱਲ ਰਹੀ ਹੈ ਇਹ ਸਾਰਾ ਕੁਝ ਬੰਦ ਕਰਕੇ ਆ ਵਨ ਇਨ ਹਾਊਸ ਬਲਕਾਰ ਸਿੰਘ ਦੇ ਘਰੇ ਸਭ ਕੁਝ ਆਫਿਸੇ ਖੋਲਤਾ ਜਾਏ ਜਿਨੇ ਕੰਪਲੇਂਟ ਦੇਣੀ ਉਹਨੇ ਉੱਥੇ ਦੇ ਜਿਨੇ ਦਰਖਾਸਤ ਦੇਣੀ ਜਿਨੇ ਪਰਚਾ ਦਰਜ ਕਰਾਣਾ ਉਹ ਕੋ ਜਾਵੇ ਐਸਐਚਓ ਐਸਐਚਓ ਦੀ ਛੁੱਟੀ ਕਰ ਦੇਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੀ ਕੋਈ ਵੈਲਿਊ ਨਹੀਂ ਗੀ ਸਾਰਾ ਕੁਝ ਕਮਾਂਡ ਉਸ ਬੰਦੇ ਕੋਲ ਅੱਛਾ ਤੁਹਾਨੂੰ ਹੁਣ ਜਮਾਨਤ ਮਿਲ ਗਈ ਹੈ ਦਲੀਲਾਂ ਕੀ ਦਿੱਤੀਆਂ ਗਈਆਂ ਕੋਰਟ ਦੇ ਵਿੱਚ ਮੈਂ ਮੈਂ ਇੱਥੇ ਗੱਲ ਤੁਹਾਡੀ ਕੱਟ ਕੇ ਹੋਰ ਜਵਾਬ ਦੇ ਦਵਾਂ ਪਿਛਲੇ 4-5 ਦਿਨ ਪਹਿਲਾਂ ਹੀ ਇੱਕ ਸਰਪੰਚ ਸੰਗਲਸੋਲ ਦਾ ਮੰਗਲ ਸਿੰਘ ਐਮਐਲਏ ਤੋਂ ਦੁਖੀ ਹੋ ਕੇ ਉਹਨੇ ਜ਼ਹਿਰ ਵੀ ਪੀ ਲਿਆ ਸੀ ਬਟ ਬਾਅਦ ਚੋਂ ਇਹਨਾਂ ਨੇ ਉਹਨੂੰ ਕਾਬੂ ਕਰ ਲਿਆ ਉਨੂੰ ਦਬਾਦ ਬੂ ਲਿਆ ਪਰ ਮੇਰੀ ਆਨ ਤੋਂ ਪਹਿਲਾਂ ਵੀ ਉਹਨਾਂ ਨਾਲ ਫੋਨ ਤੇ ਗੱਲ ਹੋ ਗਈ ਉਹ ਬੰਦਾ ਕਾਇਮ ਸੀ ਉਹ ਕਹਿੰਦਾ ਮੈਂ ਪੂਰਾ ਇਸ਼ੂ ਠਾਣਾ ਆ ਮੈਂ ਵਿਧਾਨ ਸਭਾ ਚ ਵੀ ਜਾਣਾ ਮੈਂ ਇਹਨਾਂ ਦੇ ਖਿਲਾਫ ਕੰਪਲੀਟ ਵੀ ਪਾਣੀ ਆ ਪਰ ਫਿਲਹਾਲ ਇਹ ਮੈਨੂੰ ਨਹੀਂ ਪਤਾ ਹੁਣ ਮੈਂ ਇਸ ਗੱਲ 'ਤੇ ਸ਼ੋਰ ਨਹੀਂ ਕਿ ਉਹ ਮੰਨਦਾ ਕਿ ਨਹੀਂ ਮੰਨਦਾ ਕੈਮਰੇ ਅੱਗੇ ਆ ਕੇ ਪਰ ਉਸ ਬੰਦੇ ਨੇ ਅੱਜ ਤੋਂ 5 ਦਿਨ ਪਹਿਲਾਂ ਰਾਤੀ ਜ਼ਹਿਰ ਪੀ ਲਿਆ ਕਰੰਟ ਹਸਪੀਟਲ 'ਚ ਦਾਖਲ ਹੋਇਆ ਸਾਰੀ ਰਾਤ ਡੀਐਸਪੀ ਤੇ ਐਸਐਚਓ ਉੱਥੇ ਰਹੇ ਉਹ ਤੇ ਦਬਾਦ ਬੂ ਪਾ ਕੇ ਉਹਨੂੰ ਮਨਾ ਕੇ ਆਏ ਇੰਨਾ ਇੰਨਾ ਜ਼ਾਲਮਪਨਾ ਇੰਨੀ क्रੂਅਲਟੀ ਇਸ ਬੰਦੇ ਨੇ ਏਰੀਆ ਦੇ ਵਿੱਚ ਫ ਕਿਰਪਾ MLA ਦੇ ਦਬਾਅ ਕਰਨ ਜੈਰ ਪੀ ਲਿਆ ਹਾਂਜੀ ਹਾਂਜੀ ਉਹਨੇ ਆਈਸੀਯੂ ਚ ਜਾਣ ਤੋਂ ਪਹਿਲਾਂ ਕਿਹਾ ਕਿ ਮੈਨੂੰ ਇਹਨੇ ਗਾਲਾਂ ਕੱਢੀਆਂ ਸੀ ਕਿ ਮੈਂ ਤੇ ਇੱਥੇ ਝੂਠਾ ਪਰਚਾ ਦਰਜ ਕਰਾ ਦੂੰ ਤੇ ਮੈਂ ਜ਼ਹਿਰ ਪੀ ਲਿਆ ਉਹਦੇ ਨਾਲ ਦੇ ਚਾਰ ਪੰਜ ਸਰਪੰਚ ਹੋਰ ਵੀ ਮੌਜੂਦਾ ਸਰਪੰਚਾ ਵੀ ਚਾਰ ਪੰਜ ਸਰਪੰਚ ਹੋਰ ਵੀ ਉਹਦੇ ਨਾਲ ਸਪੋਰਟਿਵ ਆ ਪ੍ਰੈਸ ਕਲੱਬ ਚ ਜਾਣ ਤੋਂ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਉਹ ਕਹਿੰਦਾ ਲੈਟ ਮੀ ਪ੍ਰਪੇਅਰ ਮੈਂ ਪ੍ਰਪੇਅਰ ਹੋ ਰਿਹਾ ਮੈਂ ਵਿਧਾਨ ਸਭਾ ਵੀ ਜਾਣਾ ਔਰ ਮੈਂ ਠੋਕੇ ਦੇ ਖਿਲਾਫ ਕਾਰਵਾਈ ਵੀ ਕਰਾਣੀ ਆ ਤੇ ਸ਼ਾਇਦ ਆਉਣ ਵਾਲੇ ਸਮੇਂ ਚ ਤੁਹਾਡੇ ਵੀ ਮੁਖਤੱਬ ਹੋ ਜਾਈਂਗਾ ਤੁਹਾਡੇ ਤੇ ਚੋਰੀ ਦਾ ਇੱਕ ਪਰਚਾ ਦਿੱਤਾ ਤਾਂ ਅਦਾਲਤ ਉਹਦੇ ਵਿੱਚ ਦਲੀਲ ਨਹੀਂ ਦਿੱਤੀ ਲੱਖਾਂ ਰੁਪਏਾਂ ਦੀ ਤੁਸੀਂ ਰਿਟਰਨ ਭਰਦੇ ਹੋ ਮੇਰੇ ਵਕੀਲ ਸਾਹਿਬ ਨੇ ਜੱਜ ਸਾਹਿਬ ਨੂੰ ਦਿਖਾਈ ਕਿ ਇੱਕ ਹਾਈ ਜੀਐਸਟੀ ਪੇਅਰ ਹਾਈ ਇਨਕਮ ਟੈਕਸ ਪੇਅਰ ਇਹ ਬੰਦਾ ਇੰਨਾ ਇਹਦਾ ਬਿਜ਼ਨਸ ਆ ਇਹਦੇ ਪੈਟਰੋਲ ਪੰਪਸ ਆ ਇੰਨੀ ਇਹਦੀ ਟਰਾਂਸਪੋਰਟ ਆ ਇੰਨੀ ਇਹਦੀ ਫਲੀਟ ਆ ਇੰਨਾ ਇਹਦਾ ਬਿਜ਼ਨਸ ਜਾਂ ਸਾਰਾ ਕੁਝ ਜੋ ਦੱਸਿਆ ਜੱਜ ਸਾਹਿਬ ਆਪ ਬੜੇ ਹੈਰਾਨ ਹੋਰ ਵਿਦ ਗ੍ਰੇਸ ਆਫ ਗੋਡ ਮੈਂ ਧੰਨਵਾਦੀ ਹਾਂ ਜੱਜ ਸਾਹਿਬ ਦਾ ਮੈਂ ਜਿੰਨਾ ਉਹਨਾਂ ਦਾ ਧੰਨਵਾਦ ਕਰਨਾ ਘਾਟਾ ਉਹਨਾਂ ਨੇ ਮਤਲਬ ਉਹ ਐਂਟੀਸਿਪੇਟਰੀ ਵੱਲ ਦੇਖ ਕੇ ਉਹਨਾਂ ਨੇ ਕੋਈ ਅਗਲੀ ਗੱਲ ਹੀ ਨਹੀਂ ਪੁੱਛੀ ਮੇਰਾ ਪ੍ਰੋਫਾਈਲ ਦੇਖ ਕੇ ਉਹਨਾਂ ਨੇ ਮਤਲਬ ਬਹੁਤ ਮਦਦ ਕੀਤੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਹੈ ਵਾਲੀ ਸਭ ਧੰਨਵਾਦ ਗੱਲਬਾਤ ਕਰਨ ਲਈ ਸੋ ਇਹ ਅਕਾਲੀ ਨੇਤਾ ਐਚਸ ਵਾਲੀਆ ਹੈਗੇ ਨੇ ਜਿਨ੍ਹਾਂ ਦੇ ਉੱਪਰ ਪਿਛਲੇ ਦਿਨੀ ਪੁਲਿਸ ਦੇ ਵੱਲੋਂ ਜੜਾ ਸੀਗਾ ਉਹ ਪਰਚਾ ਦਿੱਤਾ ਗਿਆ ਸੀਗਾ ਇੱਕ ਚੋਰੀ ਦਾ ਪਰਚਾ ਦਿੱਤਾ ਗਿਆ ਸੀਗਾ ਹਾਲਾਂਕਿ ਇਹ ਇਸ ਪਰਚੇ ਨੂੰ ਕਹਿ ਰਹੇ ਨੇ ਕਿ ਬਦਲਾਖੁਰੀ ਦੀ ਜਿਹੜੀ ਰਾਜਨੀਤੀ ਇੱਥੋਂ ਦੇ ਕਰਤਾਰਪੁਰ ਦੇ ਐਮਐਲਏ ਦੇ ਉੱਪਰ ਇਲਜ਼ਾਮ ਲਗਾਏ ਗਏ ਨੇ ਕਿ ਉਹਨਾਂ ਦੇ ਵੱਲੋਂ ਜਿਹੜੀ ਹੈ ਇਹ ਅਪਣਾਈ ਜਾ ਰਹੀ ਹੈ ਬਦਲਾਖੁਰੀ ਦੇ ਤਹਿਤ ਹੀ ਇਹਨਾਂ ਦੇ ਉੱਪਰ ਪਰਚਾ ਦਿੱਤਾ ਗਿਆ ਪਰ ਇਹ ਕਹਿ ਰਹੇ ਨੇ ਕਿ ਜੇਕਰ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤਾਂ ਪੁਲਿਸ ਦੇ ਖਿਲਾਫ ਜਿਹੜਾ ਖੁੱਲ ਕੇ ਮੋਰਚਾ ਖੋਲਿਆ ਜਾਵੇਗਾ ਕੈਮਰਾਮੈਨ